ਪੀਰ ਜਿਹੜੀ ਔਲਾਦ ਹਨ, ਅਸੀਂ ਵੀ ਔਲਾਦ ਹਾਂ, ਸਾਨੂੰ ਵੀ ਲੋਕ ਯਾਰਵੀਆਂ ਦੇ ਨੇ, ਹੈ ਜੀ, ਕੋਲੇ ਸ਼ਰੀਫ ਵੀ ਭੇਜਣੇ ਯਾਰਵੀਆਂ, ਅਸੀਂ ਹੁਣ ਖਾਲੀ ਜਮਾਂ ਯਾਰਵੀਆਂ ਕਰਨੇ ਵਾਸਤੇ ਤਾਂ ਨਹੀਂ ਆ, ਜਾਂ ਮਜਲਿਸ ਯਾਰਵੀ ਨਹੀਂ ਲਾ ਕੇ ਦੀ ਜੀ, ਗੌਸ ਪਾਕ ਦੀ ਤਾਰੀਫ ਕਰ ਛੋੜੀ ਜੀ, ਕਵਾਲੀ ਹੋ ਗਈ, ਹੈ ਜੀ, ਤੇ ਫਿਰ ਬਹਿ ਕੇ ਜਨਾਬ ਪੈਸੇ ਜਿਤਨੇ ਲੱਖਾਂ ਰੁਪਏ ਹੋਏ ਆਪਣੇ ਖਾਧਾ ਪੀਤਾ, ਕੋਈ ਲੰਗਰ ਚਲਾ ਕੇ ਦਾ, ਕੋਈ ਕੰਮ ਚਲਾ ਕੇ ਦਾ, ਤੇ ਇਹ ਗੌਸ ਪਾਕ ਦੀ ਖਿਦਮਤ ਨਹੀਂ, ਗੌਸ ਪਾਕ ਦੀ ਖਿਦਮਤ ਇਹ ਨਹੀਂ, ਗੌਸ ਪਾਕ ਦੀ ਖਿਦਮਤ ਇਹ ਵੇ ਕਿ ਸਾਰਾ ਮਿਸ਼ਨ, ਸਾਰੀ ਜ਼ਿੰਦਗੀ ਜਿਹੜੀ ਉਹਨਾਂ ਕੰਮ ਕੀਤਾ, ਉਸ ਨੂੰ ਤੁਸੀਂ ਅੱਗੇ ਆਣੋ। ਵੇਖੋ ਨਾ, ਅਸਾਂ ਲੋਕਾਂ ਸਾਰੇ ਪੀਰ ਜਿੱਥੇ ਵੀ ਜਿਹੜਾ ਬੈਠਾ, ਮੈਂ ਆਪ ਵੀ ਵਿੱਚ ਹੀ ਹਾਂ, ਅਸਾਂ ਲੋਕਾਂ ਅੱਜ ਤੱਕ ਕੀ ਕੀਤਾ, ਅਸਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ, ਜਾਇਦਾਦਾਂ ਬਣਾਈਆਂ, ਬੜੀਆਂ ਬੜੀਆਂ ਅਸਾਂ ਆਪਣੇ ਮਹੱਲਾਤ ਬਣਾਏ, ਬੜੇ ਬੜੇ ਕੰਮ ਕੀਤੇ, ਪਿਓ ਦਾਦੇ ਦੀ ਕਬਰਾਂ ਨੂੰ ਕੈਸ਼ ਕਰਾਇਆ, ਸਾਰੀ ਉਮਰ, ਸਾਰਾ ਉਮਰ ਸਾਡਾ ਇਹੀ ਕੰਮ ਹੈ, ਅਸਾਂ ਕੰਮ ਦੀਨ ਦੀ ਖਿਦਮਤ ਕੀ ਕੀਤੀ, ਇਹ ਲੋਕ ਪੁੱਛਦੇ ਨੇ, ਕੁਐਸਚਨ ਹੈ। ਖੁਦਾ ਦਾ ਵਾਸਤਾ ਹੈ, ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਕਹਿ ਰਿਹਾ ਕਿ ਸਾਰੇ ਮੇਰੇ ਬਰਾਦਰੀ ਦੇ ਜਿਹੜੇ ਲੋਕ ਹਨ, ਮੇਰੇ ਬਰਾਦਰੀ ਦੇ ਲੋਕਾਂ ਨੂੰ ਵੀ ਅੱਲਾ ਤੌਫੀਕ ਦੇਵੇ, ਜਿਹੜੇ ਗੋਲਡੇ ਸ਼ਰੀਫ ਵਿੱਚ ਹੋਣ, ਉਹਨਾਂ ਨੂੰ ਵੀ ਮਜ਼ੀਦ ਅੱਲਾ ਤੌਫੀਕ ਦੇਵੇ, ਜਿਹੜੀਆਂ ਮੈਂ ਗੱਲਾਂ ਕਰ ਰਿਹਾ ਮੇਰੇ ਨਾਲ, ਯਾਨੀ ਖਤਮੇ ਨਬੂਵਤ ਦੇ ਮਸਲੇ ਚ ਨਿਕਲਣ, ਮੇਰਾ ਤਾਵਨ ਕਰਨ, ਮੇਰੀਆਂ ਲੱਤਾਂ ਛਿੱਕਣੇ ਦੇ ਬਜਾਏ ਮੇਰਾ ਤਾਵਨ ਕਰਨ, ਉਹਨਾਂ ਨੂੰ ਵੀ ਅੱਲਾ ਤੌਫੀਕ ਦੇਵੇ ਕਿ ਅਗਰ ਪੀਰ ਮੇਰ ਅਲੀ ਸ਼ਾਹ ਦੇ ਘਰ ਜੰਮਣ ਔਰ ਉਸ ਖਾਨਦਾਨ ਨੱਚਣ, ਤੇ ਉਹ ਤੱਕਣ ਕਿ ਸਾਡਾ ਕਿਤਨਾ ਵੱਡਾ ਦਾਦਾ ਗੁਜ਼ਰਿਆ, ਤੇ ਉਹਨਾਂ ਦਾ ਮੁਖਾਲਫੀਨ ਕਿੱਥੇ ਤੱਕ ਪਹੁੰਚ ਗਏ, ਔਰ ਅਸੀਂ ਉੱਥੇ ਹੀ ਖੁੱਬ ਕੇ ਬੈਠੇ ਹਾਂ, ਉਹ ਵੀ ਜੋ ਵਿੱਚ ਪੈਸੇ ਪਾਏ, ਉਹ ਵੀ ਖਾਧਾ ਪੀਤਾ, ਉਹ ਵੀ ਆਪਣੇ ਸੰਦੂਕੜੀ ਖੋਲੀ ਤਕਸੀਮ ਕਰ ਛੋੜੀ, ਇਹ ਹੀ ਪੀਰੀ ਹੈ, ਚਾਰ ਲਫ਼ਜ਼ ਕਵਾਲੀ ਨੇ ਬੁਲਵਾ ਛੋੜੇ, ਇਹ ਹੀ ਪੀਰੀ ਨਹੀਂ, ਹੋਰ ਜਿਤਨੇ ਸਿਲਸਿਲੇ, ਜਿਤਨੀਆਂ ਦਰਗਾਹਾਂ, ਉਹਨਾਂ ਚ ਤਕਰੀਰਾਂ ਹੋ ਗਈਆਂ, ਇਹ ਪੀਰੀ ਨਹੀਂ, ਪੀਰੀ ਹੋਵੇ ਕਿ ਜਿਹੜੇ ਸਾਹਿਬ ਮਜ਼ਾਰ ਹਨ, ਉਹਨਾਂ ਅੱਲਾ ਔਰ ਰਸੂਲ ਦੇ ਜਿਹੜੀ ਇਕਾਮਤ ਏ ਦੀਨ ਔਰ ਅਕਾਇਦ ਦੀ ਦਰੁਸਤਗੀ, ਇਹ ਪੀਰ ਖੁਦ ਬਿਆਨ ਕਰਨ, ਪੀਰ ਨਜ਼ਰਾਨਾ ਖੁਦ ਲੈਂਦੇ ਨੇ ਤੇ ਮਸਲਾ ਖੁਦ ਨਹੀਂ ਬਿਆਨ ਕਰਦੇ, ਮੌਲਵੀਆਂ ਨੂੰ ਕੋਈ ਖੁਲਾਰ ਦਿੰਦੇ ਨੇ, ਮੌਲਵੀਆਂ ਨੂੰ ਚਾਹੀਦਾ ਆਖਣ ਪੀਰ ਸਾਹਿਬ ਤੁਸੀਂ ਆਪ ਬੋਲੋ, ਨਜ਼ਰਾਨਾ ਆਪ ਕਿੰਨੇ ਹੋ ਤੇ ਮਸਲਿਆਂ ਵਾਸਤੇ ਅਸਾਂ ਖਿਲਾਰ ਛੋੜ ਲਿਓ, ਜਾਂ ਤਾਂ ਪੈਸੇ ਵੀ ਅਸਾਂ ਦਿਓ ਨਾ, ਇੰਨਾ ਕਰੋ, ਮੌਲਵੀਆਂ ਵੀ ਕੁਝ ਇਹਤਿਆਤ ਕਰਨੀ ਚਾਹੀਦੀ, ਇਹ ਪੀਰ ਦੇਣੇ ਕੁਝ ਨਹੀਂ ਕਿਸੀਆਂ, ਮੌਲਵੀ ਸਾਹਿਬਾਨ ਵੀ ਇਹਤਿਆਤ ਕਰਨ, ਖਿਆਲ ਕਰਨ, ਤੇ ਆਪਣਾ ਆਪਣਾ ਕੰਮ ਕਰੋ, ਤੁਸੀਂ ਆਪਣਾ ਤੁਸੀਂ ਦੀਨੀ ਮਦਾਰਸ ਚਲਾ ਰਹੇ ਹੋ, ਤੇ ਇਹਨਾਂ ਨੂੰ ਆਖੋ ਤੁਸੀਂ ਕਿ ਬਲਾ ਆਪ ਬੋਲੋ, ਆਪ ਪੜ੍ਹੋ, ਪੜ੍ਹਿਆ ਤੁਸੀਂ ਕਿਉਂ ਨਹੀਂ, ਪੜ੍ਹਿਆ ਨੇ ਤੇ ਬੋਲੋ, ਦੱਸੋ ਲੋਕਾਂ, ਦੱਸੋ ਲੋਕਾਂ ਦੇ ਅਕੀਦੇ ਠੀਕ ਕਰੋ ਕਿ ਮਾਈ ਜੀ ਅਸੀਂ ਨਾ ਨੇ ਹਾਜਤ ਰਵਾ, ਅਸੀਂ ਆਜਤਾਂ ਪੂਰੀਆਂ ਨਾ ਕਰ ਸਕਨੇ ਆ ਨੇ, ਅਸੀਂ ਤੁਹਾਡੇ ਅਰ ਮੁਹਤਾਜ ਆ, ਅਸੀਂ ਇਹ ਹੱਥ ਚਾਹੁੰਦੇ ਆ ਨੇ ਮਾਲਕ ਦੇ ਅੱਗੇ, ਹੈਂ, ਤੇ ਔਰਤਾਂ ਜਿਹੜੀਆਂ ਸਾਦਾ ਮਿਜ਼ਾਜ ਹਨ, ਜਿਹੜੀਆਂ ਬਰਤਾਨੀਆਂ ਚ ਭਰੀਆਂ ਹੀ ਹਨ, ਤੇ ਵਿਚਾਰੀਆਂ ਕਿਸੇ ਤਵੀਜ਼ ਪਿੱਛੇ ਪਈਆਂ ਹਨ, ਇਹ ਚਾਂਬਾ ਪਾਓ ਜੀ, ਇਹ ਜਨਾਬ ਇਹ ਕਰੋ, ਜਿਹੜੇ ਤਮਾਸ਼ੇ ਮੈਂ ਤੱਕਣਾ, ਯਾ ਅੱਲਾ ਮੈਂ ਤਾਂ ਕੰਨਾ ਹੱਥ ਲਾਨਾ, ਯਾ ਅੱਲਾ ਇਹ ਮਖਲੂਕ ਕਿਸ ਤਰ੍ਹਾਂ ਇਸਾਂ, ਤੂੰ ਹਦਾਇਤ ਅਤਾ ਫਰਮਾ, ਆਪਣੇ ਨਬੀ ਮੁਕਰਮ ਨੀ ਤਾਲੀਮਾਤ ਜਿਹੜੀਆਂ ਹਦੀਸਾਂ ਚ ਅਸਾਂ ਪੜੀਆਂ, ਉਹ ਮੈਂ ਤਾਂ ਰੋਣਾ, ਮੈਂ ਤਾਂ ਪਿੱਟਣਾ, ਮੈਂ ਤਾਂ ਆਹਨਾ, ਮਾਂ ਚੈਨਲ ਮੇਰੇ ਸਾਹਮਣੇ ਰਹੇ, ਮੈਂ ਕੋਈ ਮੌਕਾ ਹੋਵੇ ਤੇ ਮੈਂ ਲੋਕਾਂ ਦੱਸਾਂ, ਜਿਹੜੇ ਮੇਰੇ ਦੋ ਚਾਰ ਗੱਲਾਂ ਜਿਹੜੀਆਂ ਖੁੱਲੀਆਂ 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 ਦੱਸਾਂ ਲੋਕਾਂ, ਇਹ ਬੰਦ ਹੋ ਕੇ ਤੇ ਐਵੇਂ ਚਗਲ ਚਗਲ ਕੇ ਗੱਲਾਂ ਨਾ ਕਰਾਂ, ਖੁੱਲੀਆਂ ਗੱਲਾਂ ਕਰਾਂ, ਤੁਸਾਂ ਤੱਕ ਪੈਗਾਮ ਸੱਚ ਪਹੁੰਚੇ, ਸੱਚ ਪਹੁੰਚੇ, ਤੁਸੀਂ ਲੋਕ ਸੱਚਾ ਕਬੂਲ ਕਰੋ, ਇਹ ਸਾਰੇ ਐਵੇਂ ਮਰਨੇ ਨੇ ਗੱਲਾਂ, ਕੋਈ ਮੁਸ਼ਕਲ ਨੇ ਵੇਲੇ ਕੋਈ ਕੰਮ ਆਉਣ ਵਾਲਾ ਨਹੀਂ ਨੇ, ਆਪਣੀ ਜਾਨ ਤੇ ਬਣਸੀ ਨੇ, ਤੇ ਉਸ ਵੇਲੇ ਤੁਸੀਂ ਉਸੀ ਮਾਲਕਾਂ ਪੁਕਾਰ ਸੋ, ਤੇ ਉਹ ਅੱਜ ਤੁਸਾਂ ਨੇ ਕੰਮ ਆਸੀ ਨੇ, ਕੋਈ ਨੇੜੇ ਨਹੀਂ ਲੱਗਣਾ ਨੇ, ਇਹ ਮੈਂ ਲਿਖ ਕੇ ਦੇਣਾ ਤੁਸਾਂ, ਮੈਂ ਇੱਕ ਪੀਰ ਹਾਂ ਔਰ ਚੰਗਾ ਭਲਾ ਪੀਰ ਹਾਂ ਮੈਂ, ਇਹ ਜੀ ਗੱਲ ਨਹੀਂ ਵੀ ਜੇ ਐਵੇਂ ਮੈਂ ਪੀਰ ਹਾਂ, ਇਤਨਾ ਕੁਝ ਐਦੇ ਵੱਡੇ ਦਾਦੇ ਨਾਲ ਪੋਤਰਾ ਮੈਂ, ਤੇ ਐਵੇਂ ਅਨਪੜ੍ਹ ਤੇ ਚਬਲ ਕਿਸਮ ਨਾਲ ਪੋਤਰਾ ਨਾ, ਪੜ੍ਹਿਆ ਲਿਖਿਆ ਆਦਮੀ ਆ, ਦੋ ਚਾਰ ਲਫ਼ਜ਼ ਪੜ੍ਹਿਆ ਮੈਂ ਇਤਨਾ ਸਮਝ ਸੋਚ ਕੇ ਤੁਸਾਂ ਗੁਜ਼ਾਰਿਸ਼ ਕਰਨਾ, ਅੱਲਾ ਦਾ ਬੂਆ ਨਾ ਛੋੜਿਓ, ਰਸੂਲ ਅੱਲਾ ਦੀ ਤਾਲੀਮਾਤ ਨਾ ਛੋੜਿਓ, ਅਸਲ ਚੀਜ਼ ਉਹ ਨੇ, ਅਸਲ ਐ ਨੇ, ਤੇ ਬਾਕੀ ਇਹ ਸਾਰੀਆਂ ਡੁੱਗ ਡੁੱਗੀਆਂ ਨੇ, ਸਾਰੇ ਵਜਾਣੇ ਪਏ ਨੇ ਆਪਣੀਆਂ ਆਪਣੀਆਂ, ਤੇ ਕੋਈ ਕੇ ਪਿਆਨਾ ਨੇ, ਕੋਈ ਕੇ ਬਾਂਤ ਬਾਂਤ ਦੀਆਂ, ਨਵੀਆਂ ਨਵੀਆਂ ਬੋਲੀਆਂ ਬੋਲਣੇ ਪਏ, ਨਵੇਂ ਨਵੇਂ ਸਿਲਸਿਲੇ ਪਏ ਨਿਕਲਣ, ਨਵੇਂ ਨਵੇਂ ਇਦਾਰੇ ਪਏ ਨਿਕਲਣ, ਅਹਿਲੇ ਸੁਨਤ ਵਾਲ ਜਮਾਤ ਦਾ ਪੁਰਾਣਾ ਜਿਹੜਾ 1400 ਸਾਲ ਤੋਂ ਮਸਲਕ ਚਲਾ ਆ ਰਿਹਾ, ਅਗਰਚੇ ਹੁਣ ਨਵੀਆਂ ਚੀਜ਼ਾਂ ਉਸ ਵਿੱਚ ਵੀ ਲੋਕਾਂ ਪਾ ਛੋੜੀਆਂ ਕਿ ਜਨਾਬ ਫਲਾਣਾ ਜਿਹੜਾ ਕੰਮ ਨਾ ਕਰ ਸੀ ਉਹ ਵੀ ਸੁਣੀ ਨਹੀਂ, ਜਿਹੜਾ ਫਲਾਣਾ ਕੰਮ ਨਾ ਕਰ ਸੀ ਉਹ ਵੀ ਸੁਣੀ ਨਹੀਂ, ਨਹੀਂ ਅਸੀਂ ਸੁਣੀ ਹਾਂ, ਅੱਲਾ ਨੇ ਅੱਲਾ ਦੇ ਫਜ਼ਲ ਨਾਲ ਔਲੀਆ ਅੱਲਾ ਨੂੰ ਮੰਨਣੇ ਵਾਲੇ ਹਾਂ, ਲੇਕਿਨ ਔਲੀਆ ਅੱਲਾ ਨੂੰ ਅੱਲਾ ਦਾ ਬੰਦਾ ਮੰਨਣੇ ਵਾਲੇ ਹਾਂ,
اللہ دے رسولاں نو اللہ دا رسول مننے والے عبدہو و رسولو مننے والے ہاں اتنا نہ چاؤ اتنا نہ چاؤ کہ اللہ بھی ناراض ہوئے تے رسول بھی ناراض ہوئے تے اتنی بےزتی بھی نہ کرو کہ اللہ تساں قیامت والے دن کھلن بھی نہ دے وے کہ میں جنہاں عزت دیتی انہاں تساں بے عزت کر چھوڑیا اج تسی کیڑے عزت نے قابل ہو اے جڑا بیلنس ہے اے ضرور قائم رکھنا چاہیے